ਤਾਂ ਦੋਸਤੋ ਮੀਡੀਆ ਰਿਪੋਰਟਸ ਪੜ੍ਹ ਰਿਹਾ ਸੀ ਤਾਂ ਉਹਦੇ ਵਿੱਚ ਟੀਵੀ 9 ਭਾਰਤਵਰਸ਼ ਦੀ ਇੱਕ ਰਿਪੋਰਟ ਹੈ ਜਿਹੜੀ ਕਿ ਆਖਿਰਕਾਰ ਇਹ ਦਰਸਾਉਂਦੀ ਹੈ ਕਿ ਕਿਸ ਤਰ੍ਹਾਂ ਦੇ ਨਾਲ ਲਾਰੈਂਸ ਬਿਸ਼ਨੋਈ ਦਾ ਜਿਹੜਾ ਕੁੰਬਾ ਹੈ ਉਹ ਲਗਾਤਾਰ ਵੱਧ ਰਿਹਾ ਅਤੇ ਇੱਕ ਸਭ ਤੋਂ ਵੱਡਾ ਨਾਂ ਗੈਂਗਸਟਰਾਂ ਦਾ ਲਾਰੈਂਸ ਬਿਸ਼ਨੋਈ ਵਾਂਗੂ ਹੀ ਦੁਰਲੱਭ ਕਰਕੇ ਹੈ ਉਹਨੂੰ ਜਿਹੜੇ ਲੋਕ ਆਕਾ ਮੰਨਦੇ ਸੀਗੇ ਉਹਦੇ ਲੋਕ ਵੀ ਹੁਣ ਲਾਰੈਂਸ ਨੂੰ ਜੁਆਇਨ ਕਰ ਰਹੇ ਨੇ। ਹਾਲਾਂਕਿ ਇਸ ਰਿਪੋਰਟ ਦੇ ਵਿੱਚ ਉਹਨਾਂ ਨੇ ਆਪਦੇ ਸੋਰਸਿਸ ਦੱਸੇ ਨੇਗੇ ਤਾਂ ਟੀਵੀ 9 ਦਾ ਇਹ ਗੱਲ ਕਹਿਣੀ ਹੈ ਕਿ ਜਿਹੜੀ ਉਹਨਾਂ ਨੇ ਰਿਪੋਰਟ ਸਾਂਝੀ ਕਰੀ ਹੈ ਕਿ ਲਾਰੈਂਸ ਦਾ ਕੁਣਬਾ ਵੱਧ ਰਿਹਾ ਅਤੇ ਜਿਹੜੇ ਦੁਰਲੱਭ ਦੇ ਸਾਥੀ ਸੀਗੇ ਉਹ ਆਖਿਰਕਾਰ ਕਿਵੇਂ ਲਾਰੈਂਸ ਬਿਸ਼ਨੋਈ ਦੇ ਨਾਲ ਜੁੜ ਰਹੇ ਨੇਗੇ। ਇਹਦੇ ਵਿੱਚ ਇਹ ਲਿਖਦੇ ਨੇ ਕਹਿੰਦੇ 11 ਸਟੇਟਾਂ ਦੇ ਵਿੱਚ 11 ਸਟੇਟਾਂ ਸਮੇਤ ਵਿਦੇਸ਼ਾਂ ਦੇ ਵਿੱਚ ਲਾਰੈਂਸ ਗੈਂਗ ਦੇ ਜੜ੍ਹਾਂ ਕਾਫੀ ਗਹਿਰੀਆਂ ਹੋ ਚੁੱਕੀਆਂ ਨੇਗੀਆਂ। ਹਾਲ ਹੀ ਦੇ ਵਿੱਚ ਕਹਿੰਦੇ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਅੱਡ ਸਟੇਟਾਂ 'ਚੋਂ ਲਾਰੈਂਸ ਗੈਂਗ ਦੇ 9 ਸ਼ੂਟਰਸ ਨੇ ਜਿਹੜੇ ਉਹ ਗ੍ਰਿਫਤਾਰ ਕੀਤੇ ਸੀਗੇ। ਜਿਵੇਂ ਆਮ ਤੌਰ 'ਤੇ ਅਸੀਂ ਦੇਖਦੇ ਹਾਂ ਵੀ ਗ੍ਰਿਫਤਾਰ ਹੁੰਦੇ ਰਹਿੰਦੇ ਨੇ ਉਹਨਾਂ ਦੀ ਪੁੱਛਗਿੱਛ 'ਚੋਂ ਕਹਿੰਦੇ ਜਿਹੜਾ ਖੁਲਾਸਾ ਹੋਇਆ ਉਹ ਤੋਂ ਬਾਅਦ ਜਾਂਚ ਏਜੰਸੀਆਂ ਵੀ ਹੈਰਾਨ ਨੇਗੀਆਂ। ਪੁੱਛਗਿੱਛ ਵਿੱਚ ਫੜੇ ਗਏ ਸ਼ੂਟਰ ਧਰਮਿੰਦਰ ਅਤੇ ਸੰਤੋਸ਼ ਨੇ ਖੁਲਾਸਾ ਕੀਤਾ ਕਿ ਲਾਰੈਂਸ ਗੈਂਗ ਨੇ ਮੱਧ ਪ੍ਰਦੇਸ਼ ਅਤੇ ਵੈਸਟ ਬੰਗਾਲ ਦੇ ਵਿੱਚ ਬਕਾਇਦਾ ਤੌਰ 'ਤੇ ਆਪਦੇ ਰਿਕਰੂਟਮੈਂਟ ਸੈੱਲ ਖੋਲ੍ਹੇ ਹੋਏ ਨੇ, ਯਾਨੀ ਕਿ ਭਰਤੀ ਵਾਸਤੇ ਮੁੰਡਿਆਂ ਦੀ ਸੈੱਲ ਖੋਲ੍ਹੇ ਹੋਏ ਨੇ ਅਤੇ ਇਹ ਗੈਂਗ ਇਹ ਗੈਂਗਾਂ ਦੇ ਲਈ ਹੈ ਜਿਹੜਾ ਬੇਰੁਜ਼ਗਾਰ ਨੌਜਵਾਨ ਅਪਰਾਧੀ ਗਲੈਮਰ ਅਤੇ ਪੈਸੇ ਦਾ ਲਾਲਚ ਦੇ ਕੇ ਅਤੇ ਜਿਹੜੀ ਜਰਾਇਮ ਦੀ ਦੁਨੀਆ ਦੇ ਵਿੱਚ ਉਹਨਾਂ ਨੂੰ ਸ਼ਾਮਿਲ ਕਰਾ ਰਹੇ ਨੇਗੇ। ਮੱਧ ਪ੍ਰਦੇਸ਼ ਦੇ ਵਿੱਚ ਖਾਸ ਤੌਰ 'ਤੇ ਦੁਰਲੱਭ ਗੈਂਗ ਦੇ ਗੁਰਗੇ ਜਿਹੜੇ ਉਹਦੇ ਨਾਲ ਪ੍ਰਭਾਵਿਤ ਘੱਟ ਉਮਰ ਦੇ ਨੌਜਵਾਨ ਨੇ ਲਾਰੈਂਸ ਗੈਂਗ ਦੇ ਨਾਲ ਸਭ ਤੋਂ ਜ਼ਿਆਦਾ ਭਰਤੀ ਹੋ ਰਹੇ ਨੇਗੇ। ਉਹਦੇ ਵਿੱਚ ਉਹ ਦੱਸਦੇ ਨੇ ਕਿ ਇਹ ਜਾਣਨਾ ਬੇਹੱਦ ਜ਼ਰੂਰੀ ਹੈ ਕਿ ਆਖਿਰ ਕੌਣ ਹੈ ਡੌਨ ਦੁਰਲੱਭ ਕਸ਼ਯਪ, ਜਿਹੜਾ ਕਿ ਕਿਉਂ ਲਾਰੈਂਸ ਦੇ ਉਹਦੇ ਗੁਰਗੇ ਨੇ ਜਿਹੜੇ ਚਾਹਣ ਵਾਲੇ ਨੌਜਵਾਨ ਨੇ ਜਿਹੜੇ ਪ੍ਰਭਾਵਿਤ ਹੋ ਰਹੇ ਨੇ, ਯਾਨੀ ਕਿ ਜਿਹੜੇ ਦੁਰਲੱਭ ਗੈਂਗ ਦੇ ਨੇਗੇ ਦੁਰਲੱਭ ਕਸ਼ਯਪ ਦੇ, ਉਹ ਆਖਿਰਕਾਰ ਲਾਰੈਂਸ ਦੇ ਨਾਲ ਜੁੜ ਕਿਉਂ ਰਹੇ ਨੇਗੇ। ਉਹਦੇ ਕਈ ਫੈਕਟਸ ਉਹਨਾਂ ਨੇ ਦੱਸੇ ਨੇ, ਉਹ ਵੀ ਜਿਹੜੀ ਪੁੱਛਗਿੱਛ ਫੜੇ ਗਏ ਸ਼ੂਟਰਸ ਤੋਂ ਹੋਈ ਹੈ। ਦਰਅਸਲ ਕਹਿੰਦੇ 3 ਸਾਲ ਪਹਿਲਾਂ ਤੱਕ ਮੱਧ ਪ੍ਰਦੇਸ਼ ਦੇ ਮਾਲਵਾ ਦੇ ਅਪਰਾਧ ਦੇ ਜਗਤ ਦੇ ਮਹਿਜ 20 ਸਾਲਾਂ ਦੇ ਗੈਂਗਸਟਰ ਦੁਰਲੱਭ ਕਸ਼ਯਪ ਦੀ ਹਕੂਮਤ ਚੱਲਦੀ ਸੀ। ਉੱਥੇ ਉਹਦੀ ਉਮਰ ਅਤੇ ਉਹ ਜ਼ਿਆਦਾ ਕਿਤੇ ਉਹਦੇ ਜਿਹੜੀ ਜੁਰਮ ਦੇ ਫਹਿਰਿਸਤ ਲੰਬੀ ਹੈਗੀ, ਉਹਦੇ 'ਤੇ ਜਿਹੜੇ ਮਾਮਲੇ ਦਰਜ ਸੀ। ਖਾਸ ਗੱਲ ਕਹਿੰਦੇ ਇਹਦੇ ਵਿੱਚ ਇਹ ਵੀ ਹੈ ਕਿ ਉਹ ਅੱਖਾਂ ਦੇ ਵਿੱਚ ਸੁਰਮਾ ਪਾਉਂਦਾ, ਮੱਥੇ 'ਤੇ ਤਿਲਕ ਲਾਉਂਦਾ ਅਤੇ ਕੰਧੇ 'ਤੇ ਪਟਕਾ ਰੱਖ ਕੇ ਦੁਰਲੱਭ ਗੈਂਗ ਦਾ ਨਾਰਾ ਸੀਗਾ ਮਹਾਕਾਲ। ਹੁਣ ਦੁਰਲੱਭ ਕਸ਼ਯਪ ਦੀ ਕਹਿੰਦੇ ਸਾਲ 2020 ਦੇ ਵਿੱਚ ਉਹਦੇ ਦੁਸ਼ਮਣ ਗੈਂਗ KKC ਗਰੁੱਪ ਦੇ ਸਰਗਨਾ ਰਮੀਜ਼ ਦੇ ਹੱਥੋਂ ਉਹ ਮਾਰਿਆ ਜਾਂਦਾ ਹੈ, ਪਰ ਉਹਦੀ ਮੌਤ ਤੋਂ ਬਾਅਦ ਵੀ ਉਹਦਾ ਗੈਂਗ ਜਿਹੜਾ ਸੋਸ਼ਲ ਮੀਡੀਆ 'ਤੇ ਲਗਾਤਾਰ ਐਕਟਿਵ ਰਹਿੰਦਾ ਅਤੇ ਉਦੋਂ ਪੋਸਟਾਂ ਵਗੈਰਾ ਪਾਉਂਦੇ ਰਹਿੰਦੇ ਨੇ। ਦੁਸ਼ਮਣ ਦਾ ਬਦਲਾ ਲੈਣ ਦੇ ਲਈ ਦੁਰਲੱਭ ਗੈਂਗ ਨੇ ਲਾਰੈਂਸ ਦੇ ਨਾਲ ਹੱਥ ਮਿਲਾਇਆ ਹੈਗਾ, ਯਾਨੀ ਕਿ ਲਾਰੈਂਸ ਗੈਂਗ ਦੇ ਨਾਲ ਕਹਿੰਦੇ ਹੱਥ ਮਿਲਾਇਆ ਅਤੇ ਨਾਲ ਹੀ ਉਹਦੇ ਲੈ ਕੇ ਕੰਮ ਕਰਨਾ ਸ਼ੁਰੂ ਕਰਤਾ। ਲਾਰੈਂਸ ਦੇ ਨਾਲ ਜੁੜਨੇ ਹੋਣ ਦੇ ਪਿੱਛੇ ਦੀ ਵਜ੍ਹਾ ਕਹਿੰਦੇ ਪਹਿਲਾਂ ਤੋਂ ਲਾਰੈਂਸ ਅਤੇ ਦੁਰਲੱਭ ਦੇ ਅਪਰਾਧਿਕ ਅਸੂਲਾਂ ਦੀ ਇੱਕ ਦੂਜੇ ਦੇ ਨਾਲ ਜਿਹੜੀ ਨੇੜਤਾ ਹੈਗੀ, ਯਾਨੀ ਕਿ ਜਿਹੜੇ ਅਸੂਲ ਨੇ ਉਹਨਾਂ ਦੇ ਕ੍ਰਾਈਮ ਦੀ ਦੁਨੀਆ ਦੇ ਵਿੱਚ ਕੰਮ ਕਰਨ ਦੇ, ਉਹ ਕਾਫੀ ਮੇਲ ਖਾਂਦੇ ਨੇਗੇ। ਉਹਦੇ 'ਚੋਂ ਲਿਖਦੇ ਨੇ ਕਹਿੰਦੇ ਕਿ ਗੈਟਅਪ ਤੋਂ ਲੈ ਕੇ ਅਪਰਾਧ ਜਗਤ ਦੇ ਨਾਮ ਤੱਕ ਠੀਕ ਦੁਰਲੱਭ ਦੀ ਤਰ੍ਹਾਂ ਹੀ ਦੁਰਲੱਭ ਗੈਂਗ ਦੇ ਤਰ੍ਹਾਂ ਹੀ ਲਾਰੈਂਸ ਗੈਂਗ ਦਾ ਵੀ ਨਾਰਾ ਜੈ ਬਲਕਾਰੀ ਹੈਗਾ। ਦੁਰਲੱਭ ਗੈਂਗ ਦੇ ਗੁਰਗੇ ਕਹਿੰਦੇ ਸੰਤੋਸ਼ ਉਰਫ ਸੁਲਤਾਨ ਬਾਬਾ ਮਹਿਜ 20 ਸਾਲਾਂ ਦੇ ਟਰਾਂਸਪੋਰਟ ਕੰਪਨੀ ਦੇ ਵਿੱਚ ਬਤੌਰ ਹੈਲਪਰ ਦਾ ਕੰਮ ਕਰਦਾ ਸੀਗਾ, ਪਰ ਦੁਰਲੱਭ ਕਸ਼ਯਪ ਦੇ ਪ੍ਰਭਾਵਿਤ ਹੋਣ ਨਾਲ ਸੋਸ਼ਲ ਮੀਡੀਆ ਦੇ ਗਰੁੱਪਸ ਦੇ ਜ਼ਰੀਏ ਲਾਰੈਂਸ ਗੈਂਗ ਦੇ ਨਾਲ ਜੁੜ ਗਿਆ ਅਤੇ ਹਥਿਆਰਾਂ ਉਹਨੇ ਹਥਿਆਰ ਚੱਕਣੇ ਸ਼ੁਰੂ ਕਰਤੇ। ਉੱਥੇ ਧਰਮਿੰਦਰ ਉਰਫ ਕਾਰਤਿਕ ਉਮਰ ਮਹਿਜ ਕਹਿੰਦੇ ਉਹਦੀ 21 ਸਾਲ ਹੈ ਅਤੇ 7ਵੀਂ ਜਮਾਤ ਪਾਸ ਹੈਗਾ ਅਤੇ ਕੋਲਡ ਸਟੋਰੇਜ ਦੇ ਵਿੱਚ ਕੰਮ ਕਰਨ ਵਾਲਾ ਮੱਧ ਪ੍ਰਦੇਸ਼ ਦਾ ਇਹ ਨੌਜਵਾਨ ਦੁਰਲੱਭ ਕਸ਼ਯਪ ਦੇ ਇਸ ਕਦਰ ਪ੍ਰਭਾਵਿਤ ਹੋਇਆ ਕਿ ਇਹਨੂੰ ਸੋਸ਼ਲ ਮੀਡੀਆ ਦੇ ਜ਼ਰੀਏ ਜੁਰਮ ਦੀ ਦੁਨੀਆ ਦੇ ਵਿੱਚ ਕਦਮ ਰੱਖਣ ਲਈ ਬਿਸ਼ਨੋਈ ਗੈਂਗ ਜਿਹੜਾ ਉਹ ਜੁਆਇਨ ਕਰ ਲਿਆ ਹੈਗਾ। ਸਪੈਸ਼ਲ ਸੈੱਲ ਦੇ ਸੂਤਰਾਂ ਦੇ ਮੁਤਾਬਕ ਕਹਿੰਦੇ ਲਾਰੈਂਸ ਬਿਸ਼ਨੋਈ ਗੈਂਗ ਦੇ ਸੋਸ਼ਲ ਮੀਡੀਆ ਜਿਹੜਾ ਕਿ ਸੋਸ਼ਲ ਗੈਂਗ ਦੇ ਸੋਸ਼ਲ ਮੀਡੀਆ ਦੇ ਵਿੰਗ ਦੇ ਹੈਂਡਲ ਕਰਨ ਵਾਲੇ ਗੁਰਗੇ ਹੁਣ ਦੁਰਲੱਭ ਕਸ਼ਯਪ ਦੇ ਨਾਮ 'ਤੇ ਦਰਜਨਾ ਫੇਸਬੁੱਕ ਅਤੇ ਇੰਸਟਾਗ੍ਰਾਮ ਪੇਜ 'ਤੇ ਔਨਲਾਈਨ ਭਰਤੀ ਦੇ ਲਈ ਹੈ ਅਜਿਹੇ ਯੁਵਾਵਾਂ ਦੀ ਤਲਾਸ਼ ਰਹੇ ਨੇ ਕਿ ਜਿਹੜੇ ਬਿਸ਼ਨੋਈ ਗੈਂਗ 'ਤੇ ਭਰਤੀ ਕਰਾਇਆ ਜਾ ਰਿਹਾ ਅਤੇ ਨਾਲ ਹੀ ਉਹਨਾਂ ਦੇ ਰਿਕਰੂਟਮੈਂਟ ਤੋਂ ਇਲਾਵਾ ਲਾਰੈਂਸ ਗੈਂਗ ਦੇ
ਕਾਰਪੋਰੇਟ ਕੰਪਨੀ ਦੀ ਤਰਜ਼ 'ਤੇ ਵੀ ਆਪਦੇ ਗੈਂਗ ਨੂੰ ਓਪਰੇਟ ਕਰ ਰਿਹਾ ਹੈਗਾ ਅਤੇ ਨਾਲ ਹੀ ਗੈਂਗ ਦੇ ਹਰ ਮੈਂਬਰ ਦਾ ਕੰਮ ਕਰਨਾ ਅਤੇ ਓਪਰੇਟ ਕਰਨ ਦੇ ਜ਼ੋਨ ਸਭ ਤੋਂ ਜ਼ਿਆਦਾ ਵੰਡਿਆ ਹੋਇਆ ਹੈਗਾ। ਕਨੇਡਾ ਪੰਜਾਬ ਦੀ ਦਿੱਲੀ ਦੀ ਕਮਾਨ ਗੋਲਡੀ ਬਰਾੜ ਦੇ ਕੋਲ ਆ, ਰਾਜਸਥਾਨ ਮੱਧ ਪ੍ਰਦੇਸ਼ ਯੂਕੇ ਦੀ ਕਮਾਨ ਰੋਹਿਤ ਗੁਰਦਾਸ ਦੇ ਕੋਲ ਅਤੇ ਜਦਕਿ ਪੁਰਤਗਾਲ USA ਮਹਾਰਾਸ਼ਟਰ ਬਿਹਾਰ ਪੱਛਮੀ ਬੰਗਾਲ ਦੀ ਕਮਾਨ ਅਨਮੋਲ ਬਿਸ਼ਨੋਈ ਦੇ ਕੋਲ ਹੈਗੀ। ਉੱਥੇ ਹਰਿਆਣਾ ਉੱਤਰਾਖੰਡ ਦੀ ਕਮਾਨ ਕਹਿੰਦੇ ਕਾਲਾ ਜਠੜੀ ਦੇ ਕੋਲ ਆ ਅਤੇ ਇਹਦੇ ਪੂਰੇ ਗੈਂਗ ਦੀ ਰਿਪੋਰਟ ਸਿੱਧੇ ਸਾਬਰਮਤੀ ਜੇਲ੍ਹ ਦੇ ਬੰਦ ਲੋਰੈਂਸ ਬਿਸ਼ਨੋਈ ਨੂੰ ਦਿੱਤੀ ਜਾਂਦੀ ਹੈਗੀ। ਇੰਨੇ ਨਹੀਂ ਕਹਿੰਦੇ, ਜਾਣ ਲਈਏ ਕਿ ਗੈਂਗ ਦੇ ਹਥਿਆਰਾਂ ਦਾ ਕੰਮ ਸਪਲਾਈ ਹੋਣ ਤੋਂ ਦਰਅਸਲ ਮੱਧ ਪ੍ਰਦੇਸ਼ ਤੋਂ ਮਾਲਵਾ ਤੋਂ ਜਿੱਥੇ ਧਾਰ, ਸਿੰਧਵਾ, ਬੜਵਾਨੀ, ਇਹ ਕੋਲੰਬੀ ਫੋਰੈਸਟ ਹੈ। ਇਹ TV9 ਭਾਰਤ ਵਰਸ਼ ਨੇ ਜਿਹੜੀ ਰਿਪੋਰਟ ਸਾਂਝੀ ਕਰੀ ਆ ਉਹਨਾਂ ਨੇ ਕਈ ਤੱਥ ਲਾਏ ਨੇਗੇ ਕਿ ਜਿਹੜੇ ਸ਼ੂਟਰਸ ਫੜੇ ਗਏ ਨੇ। ਹੁਣ ਹਾਲਾਂਕਿ ਗੱਲ ਲੈ ਕੇ ਦੇਖਿਆ ਜਾਵੇ ਤਾਂ ਏਜੰਸੀਆਂ ਜ਼ਾਹਿਰ ਜੀ ਗੱਲ ਇਹਦੇ ਉੱਤੇ ਕੰਮ ਕਰ ਰਹੀਆਂ ਹੋਣੀਆਂ, ਪਰ ਵੱਡੇ ਤੌਰ 'ਤੇ ਕਹਿੰਦੇ ਰਿਕਰੂਟਮੈਂਟ ਸੈੱਲ ਨੇ ਉਹ ਖੋਲ੍ਹੇ ਹੋਏ ਨੇ। ਹਾਲਾਂਕਿ ਜੇ ਦੇਖਿਆ ਜਾਵੇ ਨੌਜਵਾਨੀ ਨੂੰ ਲੈ ਕੇ ਅਤੇ ਜਿਹੜਾ ਇਹਦੇ ਵਿੱਚ ਦਾ ਜ਼ਰੀਆ ਦੱਸਿਆ ਗਿਆ ਉਹਦੇ ਵਿੱਚ ਕਹਿੰਦੇ ਵੱਡੇ ਤੌਰ 'ਤੇ ਦੱਸਿਆ ਵੀ ਲੋਰੈਂਸ ਅਤੇ ਦੁਰਲਭ ਦੀ ਜਿਹੜੀ ਗੈਟਅਪ ਤੋਂ ਲੈ ਕੇ ਕੰਮ ਕਰਨ ਦਾ ਸਟਾਈਲ ਆ ਉਹ ਕਾਫੀ ਮਿਲਦਾ ਜੁਲਦਾ ਸੀ, ਇਸ ਕਰਕੇ ਉਹਦੇ ਗੈਂਗ ਦੇ ਜਿਹੜੇ ਲੋਕ ਨੇ ਉਹ ਲੋਰੈਂਸ ਦੇ ਨਾਲ ਜੁੜ ਰਹੇ ਨੇ।